ਅਤੇ ਇਹਨੂੰ ਸਾਡੇ ਪਿੰਡ ਪਹੁੰਚਾ ਦੇ, ਉੱਥੇ ਮੂਰਤੀਆਂ ਸਲਾਹ ਲੱਗ ਸਕਦੀਆਂ। ਬਟ ਅਲਾਊਡ ਨਹੀਂ ਗਾ, ਜਿੱਥੇ ਜ਼ਿਆਦਾ ਸਤਾਉਂਦਾ ਹੈ ਜਾਂ ਜਿਹੜੇ ਸਾਰਾ ਗੜੀ ਦੇ ਵਿੱਚ 21 ਸਿਪਾਹੀ ਰਹਿੰਦੇ ਸੀ ਉਹਨਾਂ ਦੀਆਂ ਮੂਰਤੀਆਂ ਲੱਗ ਜਾਣ ਉਹਨਾਂ ਦੀਆਂ, ਠੀਕ ਹੈ। ਜਾਂ ਉੱਥੇ ਛਬੀਲ ਪਾਣੀ ਵਾਲੀ ਖੋਲ੍ਹੀ ਜਾਣ, ਜਾਂ ਉੱਥੇ ਸਾਈਡਲੀ ਵਾਸ਼ਰੂਮ ਬਣ ਜਾਏ, ਜਾਂ ਦਵਾਈ ਵਾਸਤੇ ਕੋਈ ਮੈਡੀਕਲ ਚੈੱਕ ਬਣ ਜਾਏ, ਠੀਕ ਹੈ, ਜਾਂ ਖੂਨ ਦਾਨ ਕੈਂਪ ਬਣ ਜਾਏ, ਇਹੋ ਚਾਹੀਦਾ। ਜੇ ਇਹਨੂੰ ਇੰਨਾ ਆਉਂਦਾ ਤਾਂ ਫਿਰ ਇਹ ਕਰਦਾ ਕਿਉਂ? ਦੂਸਰੀ ਵਾਰ ਵੀ ਇਹ ਆ ਸਕਦਾ ਇਲੈਕਸ਼ਨ ਦੇ ਵਿੱਚ, ਕਿਉਂ ਨਹੀਂ ਆਇਆ? ਹੁਣ ਇਹ ਕੈਪਟਨ ਦੀ ਲਾ ਲਓ, ਗੁਟਕਾ ਸਾਹਿਬ ਦੀ ਸਹੁੰ ਖਾਧੀ ਇਹਨੇ ਕਿ ਮੈਂ ਦੁਨੀਆ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗਾ। ਜਿੱਥੋਂ ਬਾਰਡਰ ਦੀ ਆਪਾਂ ਬਾਰਡਰ ਦੀ ਗੱਲ ਕਰੀਏ, ਜਿੱਥੋਂ ਸੂਈ ਨਹੀਂ ਕ੍ਰੋਸ ਕਰ ਸਕਦੀ ਮਿਲਟਰੀ ਤੋਂ, ਉੱਥੋਂ ਸੂਈਆਂ ਕ੍ਰੋਸ ਕਰ ਸਕਦੀਆਂ, ਨਸ਼ੇ ਆ ਜਾਂਦੇ ਆ, ਅਤੇ ਫਿਰ 6-6 ਫੁੱਟ ਜਵਾਨ, 5-5 ਫੁੱਟ ਵਾਲੇ, 5-5 5-5 ਵਾਲੇ ਜਵਾਨ ਹੱਟੇ ਘੱਟੇ ਮੁੰਡੇ ਅੱਜ ਨਸ਼ੇ ਦੇ ਵਿੱਚ ਇੰਨਾ ਮਰ ਰਹੇ ਆ ਕਿ ਵਿਚਾਰਿਆਂ ਕੋਲ ਰੋਟੀ ਖਾਣ ਵਾਸਤੇ ਪੈਸੇ ਨਹੀਂ, ਮਾਵਾਂ ਭੈਣ ਵੈਸੇ ਪਰ ਤਰਸਣ ਦੀਆਂ ਪੈਸੇ ਕਰਕੇ, ਅਤੇ ਇਹਨਾਂ ਕੀ ਬਣੇਗਾ ਪੰਜਾਬ ਦਾ? ਪੰਜਾਬ ਦੀ ਗੱਲ, ਦੂਜਾ ਇਹ ਬਾਦਲ ਦੀ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ, ਇੰਨੇ ਮਾਸਾ ਇਨਕੁਆਇਰੀ ਨਹੀਂ ਕੀਤੀ, ਠੀਕ ਹੈ ਜੀ, ਇਨਕੁਆਇਰੀ ਕਰਨਾ। ਅੱਜ ਕੱਲ੍ਹ ਦੇ ਦੂਣ ਬਾਹਰਲੀ ਕੰਟਰੀ ਆ, ਵੇਖੋ ਮਾੜਾ ਜਿਹਾ ਵੀ ਕਾਂਡ ਹੁੰਦਾ ਕੋਈ, ਉਸੇ ਲਈ ਇਨਕੁਆਇਰੀ ਚਾਲੂ ਕਰਦੇ ਆ, ਮੁਜਰੀਮ ਫੜ ਲੈਂਦੇ ਆ ਜਿੱਥੇ ਮਰਜ਼ੀ ਹੋਵੇ, ਠੀਕ ਹੈ, ਇੰਨੇ ਮਾਸਾ ਇਨਕੁਆਇਰੀ ਨਹੀਂ ਕੀਤੀ। ਅਤੇ ਇਹ ਬੰਦਾ ਕਾਹਦਾ? ਅਗਲੀ ਵਾਰ ਤੁਸੀਂ, ਮੈਂ ਤਾਂ ਕਹਿੰਦਾ ਏ ਤੋਂ ਲੈ ਕੇ MLA ਤੋਂ ਲੈ ਕੇ ਏ ਤੋਂ ਲੈ ਕੇ ਸਭ ਚੋਰ ਹੈਗੇ ਜੇ, ਕਿਸੇ ਨੂੰ ਵੀ ਵੋਟ ਪਾਓਗੇ ਸਭ ਚੋਰ ਹੈਗੇ ਜੇ। ਬਸ ਤੁਹਾਡੀਆਂ ਵੋਟਾਂ ਲਿੱਤੀਆਂ, 5 ਸਾਲ ਇਹਨਾਂ ਨੇ ਰਾਜ ਕੀਤਾ, ਮੋਦੀ ਦੀ ਗੱਲ ਕਰ ਲਓ, ਇਹਨੇ ਮੁਸਲਮਾਨਾਂ ਨੂੰ ਕਿਉਂ ਵੱਢਿਆ ਬਾਹਰ? ਕਾਹਦੀ ਗੱਲੋਂ ਕਰਨਾ ਚਾਹੁੰਦਾ? ਕਹਿੰਦੇ ਹਿੰਦੂ ਰਾਸ਼ਟਰ ਆ, ਉਹ ਸਿੱਖਾਂ ਦੀ ਤਾਂ ਪਗੜੀ ਤੋਂ ਲੱਗ ਜਾਂਦਾ, ਹਿੰਦੂ ਰਾਸ਼ਟਰ ਕੌਣ ਹੈ? ਉਹ ਸਿੱਖ ਹੈਗੇ ਆ ਜਿਨ੍ਹਾਂ ਨੇ ਇਤਿਹਾਸ ਬਣਾਇਆ ਆ। ਮਹਾਰਾਜ ਰਣਜੀਤ ਸਿੰਘ ਦਾ ਜੇ ਕੋਹੀਨੂਰ ਹੀਰਾ ਅੱਜ ਇੰਗਲੈਂਡ ਦੇ ਵਿੱਚ ਸੇਫ ਹੈ ਨਾ, ਉਹ ਮਹਾਰਾਜ ਕੁਈਨ ਕਰਕੇ ਆ। ਜੇ ਇੰਨਾ ਕੁ ਹੁੰਦਾ ਤਾਂ ਇਹਨਾਂ ਨੇ ਲੁੱਟ ਖਾ ਕੇ ਮਰ ਜਾਣਾ, ਉਸ ਵੇਲੇ ਖਾ ਲੈਣਾ ਹੀ, ਪੈਸੇ ਇਹਨਾਂ ਨੇ ਵੇਚ ਦੇਣਾ ਹੀ। ਪਿਛਲੀ ਰਹੀ NDDP ਦੇ ਪ੍ਰਧਾਨ ਸੇਵਾ ਸਿੰਘ ਠਿਕਰੀਵਾਲ ਦਾ ਮੁੰਡਾ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ NDDP ਦਾ ਮੈਂਬਰ ਬਣਿਆ, ਕਿਉਂ? ਸਰਦਾਰ ਉੱਥੇ ਤਰੱਕੀ ਕਰਨ ਦਿਆ, ਠੀਕ ਹੈ, ਸੜਦੇ ਪਏ ਆ, ਹੁਣ ਇਹ ਕਿਉਂ ਨਹੀਂ ਤਰੱਕੀ ਕਰਨ ਦੇ? ਤਦ ਕਰਕੇ ਇਹਨੂੰ ਸੜਨਾ ਪੈ ਰਿਹਾ। ਉਹ ਜੇ ਤੁਹਾਨੂੰ ਬਾਅਦ ਹੀ ਗੱਲ ਲੱਗਦੀ ਆ ਨਾ, ਤੁਸੀਂ ਵੀ ਆਪਣੀ ਤਰੱਕੀ ਤਦ ਕਰੋ, ਇਹਨਾਂ ਦੇ ਵਿੱਚ ਆਪਣਾ ਪਿਆਰ ਪਾਓ। ਹੁਣ ਇਮਰਾਨ ਖਾਨ ਲਾ ਲਓ, ਇਮਰਾਨ ਖਾਨ ਨੇ ਸਾਰਾ ਕੁਝ ਕੀਤਾ, ਰਸਤਾ ਖੋਲ੍ਹਿਆ, ਸਾਰਾ ਕੁਝ ਕੀਤਾ ਨੇ, ਮੋਦੀ ਦਾ ਵੀ ਮੈਂ ਧੰਨਵਾਦ ਕਰਦਾ, ਉਹਨਾਂ ਨੇ ਰਸਤਾ ਖੋਲ੍ਹਿਆ। ਪਰ ਮੋਦੀ ਨੂੰ ਇਹ ਚਾਹੀਦਾ ਨਾ ਕਿ ਉਹਨਾਂ ਨੇ ਤਾਂ ਆਪਣਾ ਪਿਆਰ ਪਾਇਆ। ਹੁਣ ਮੁਸਲਮਾਨ ਨੇ ਇੱਕ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਦੇ ਪੱਥਰ ਮਾਰੇ ਨਨਕਾਣਾ ਸਾਹਿਬ 'ਚ, ਇੱਕ ਸਿੰਘ ਨੇ ਕਿਹਾ ਮੈਂ 2 ਕਰੋੜ ਰੁਪਇਆ ਉਹਨੂੰ ਮੈਂ ਦੇਵਾਂਗਾ ਕਿ ਜਿਹੜਾ ਉਹਦਾ ਸਿਰ ਵੱਢ ਕੇ ਇੱਥੇ ਲਿਆਏਗਾ, ਠੀਕ ਹੈ। ਉਹਨੇ ਬੰਦੇ ਨੇ ਗ੍ਰੰਥ ਸਾਹਿਬ 'ਤੇ ਰੁਮਾਲਾ ਸਰਾ ਕੇ ਮਾਫ਼ੀ ਵੀ ਮੰਗੀ, ਅਤੇ ਉਹਨੇ ਲਾਈਵ ਚੈਨਲ ਦੇ ਟਿਕਟੋਕ 'ਤੇ ਵੀ, ਯੂਟਿਊਬ 'ਤੇ ਵੀ ਉਹਨੇ ਕਿਹਾ ਮੈਂ ਮਾਫ਼ੀ ਮੰਗਦਾ, ਠੀਕ ਹੈ। ਮੰਨਦੇ ਗੱਲ, ਜੇ ਤੁਹਾਡੀ 'ਚ ਇੰਨਾ ਤੁਹਾਡੇ ਜ਼ਮੀਰ ਜਾਗਦਾ ਹੈ, ਜੇ ਤੁਹਾਡਾ ਸਰੀਰ ਨਹੀਂ ਹੈਗਾ ਤੁਹਾਡਾ ਜ਼ਮੀਰ ਕੀ ਕਰਨਾ ਫਿਰ ਤੁਸੀਂ? ਜੇ ਮੁਸਲਮਾਨ ਨੇ ਪੱਥਰ ਮਾਰੇ ਆ ਦਿੱਲੀ ਵਿੱਚ ਤੱਕ ਹੀ, ਲਾਹੌਰ ਵਿੱਚ ਤੱਕ ਵੀ, ਇੱਥੋਂ ਤੱਕ ਹੀ ਮੁਸਲਮਾਨਾਂ ਵਿੱਚ ਵੀ ਦਹਿਸ਼ਤਗਰਦੀ ਹੋ ਗਈ, ਕਿਸੇ ਬੰਦੇ ਨੂੰ ਵੱਢਣਾ, ਜੇ ਤੁਹਾਨੂੰ ਇੰਨਾ ਹੀ ਲੱਗਦਾ ਤਾਂ ਫਿਰ ਰੈਫਰੈਂਡਮ 2020 ਨੂੰ ਕਿਉਂ ਰੋਕਣ ਦੇ? ਕੈਨੇਡਾ ਦੇ ਵਿੱਚ 20 ਕੰਟਰੀਆਂ 'ਚ ਹੋ ਰਿਹਾ ਰੈਫਰੈਂਡਮ 2020, ਉਹਨੂੰ ਕਹਿੰਦੇ ਤੂੰ ਦਾੜੀ ਨਹੀਂ ਰੱਖੀ, ਕੁਛ ਨਹੀਂ ਰੱਖਿਆ, ਉਹ ਵੇ ਐਰਾ ਵਗੈਰਾ, ਠੀਕ ਹੈ, ਉਹਨਾਂ ਨੇ ਦਾੜੀ ਨਹੀਂ ਰੱਖੀ। ਪਰ ਜੇ ਤੁਸੀਂ ਪੰਜਾਬ 'ਚ ਰਹਿ ਕੇ ਨਹੀਂ ਕੁਛ ਕਰ ਸਕਦੇ ਤਾਂ ਫਿਰ ਉਹਨਾਂ ਨੇ ਤਾਂ ਵਿਚਾਰਿਆਂ ਨੇ ਕਰਨਾ ਹੀ ਹੈ। 20 ਕੰਟਰੀਆਂ ਦੇ ਵਿੱਚ 30 ਮਾਰਚ ਨੂੰ ਰੈਫਰੈਂਡਮ 2020 ਹੋ ਰਿਹਾ, ਅਤੇ ਅੱਜ ਤੱਕ ਟਿਕਟੋਕ ਦੇ ਫੇਸਬੁੱਕ 'ਤੇ ਕਿਸੇ ਨੂੰ ਨਹੀਂ ਪਤਾ ਰੈਫਰੈਂਡਮ 2020 ਹੋ ਰਿਹਾ, ਕਿਉਂ? ਯੂਟਿਊਬ ਦੇ ਵਿੱਚ ਸੋਸ਼ਲ ਮੀਡੀਆ ਉਹਨਾਂ ਨੇ ਅਕਾਊਂਟ ਬਣਾਇਆ ਹੋਗਾ ਜਿੱਥੇ ਅਮੈਰੀਕਾ ਨੇ ਸਾਰਾ ਇੱਥੋਂ ਜ਼ਿਰਸ ਹੁੰਦਾ। ਮੈਂ ਸਵੇਰੇ 5 ਵਜੇ ਤੋਂ ਲੈ ਕੇ ਸਵੇਰੇ 12 ਵਜੇ, ਰਾਤੀ 12 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਯੂਟਿਊਬ ਹੀ ਚਲਾਉਂਦਾ ਕਿ ਕਿਹੜਾ ਬੰਦਾ ਕੀ ਕਰ ਰਿਹਾ ਕਿਹੜਾ ਨਹੀਂ। ਉਹ ਜਗਨਨਾਥ ਦਾ ਮੰਦਿਰ ਹੈ, ਉਹਦੇ ਸਾਹਮਣੇ ਮੰਦਿਰ ਮੱਠੂ ਪੈਂਦਾ ਹੈ ਗੁਰਦੁਆਰਾ, ਜਿੱਥੇ ਗੁਰੂ ਨਾਨਕ ਜੀ ਉਪਕਰਮਾ ਕਰਕੇ ਸਾਰਾ ਸੰਸਾਰ ਤੇਰੀ ਪੂਜਾ ਕਰਦਾ, ਠੀਕ ਹੈ। ਉੱਥੇ ਸਰਦਾਰ ਨੇ ਜਿੰਨੇ ਗਵਾਹੀ ਦੇਣੀ, ਉਹਦੀ 3 ਹਿੰਦੂਆਂ ਨੇ ਪੱਗ ਪਹਿਲੇ ਖੋਈ, ਫਿਰ ਉਹਦੀ ਦਾੜੀ ਪੁੱਟੀ, ਫਿਰ ਕੇਸ ਪੁੱਟੇ ਪੁਲਿਸ, ਉੱਥੇ 2 ਮੁਲਾਜ਼ਮਾਂ ਨੇ ਕੁਛ ਨਹੀਂ ਕੀਤਾ, ਲਾਂਤੀ ਇਹੋ ਜਿਹੇ ਪੁਲਿਸ ਦੇ ਮੈਨੂੰ, ਠੀਕ ਹੈ। ਦੂਸਰੀ ਗੱਲ ਇਹ ਰਹੀ, ਹੁਣ ਤੁਸੀਂ ਉਹ ਸਿੱਖ ਦੀ ਪੁੱਟਣ ਦੇ ਪੱਗ, ਸਿੱਖ ਦੇ ਉਹੀ ਆ ਨਾ
ਜਿਹਨੇ ਤੁਹਾਨੂੰ ਅੱਜ ਤੱਕ ਬਚਾਇਆ। ਜੇ ਗੁਰੂ ਨਾਨਕ ਦੇਵ ਜੀ ਨਾ ਆਪਣਾ ਸੀਸ ਦੇ ਕੇ ਆਉਂਦੇ ਫਿਰ ਤੁਸੀਂ ਉੱਥੇ ਕੀ ਕਰ ਲੈਂਦੇ? ਫਿਰ ਤਾਂ ਤੁਹਾਨੂੰ ਬਣਨਾ ਹੀ ਪੈਣਾ ਸੀ ਨਾ ਮੁਸਲਮਾਨਾਂ ਦਾ ਗੁਲਾਮ। ਬਿਲਕੁਲ ਠੀਕ ਹੈ ਨਹੀਂ? ਹੁਣ ਤੁਸੀਂ ਕਹਿੰਦੇ ਹੋ ਕਿ ਉਹ ਕਰ ਲਾਂਗੇ ਇਹ ਕਰ ਲਾਂਗੇ, ਹੁਣ ਇਹ ਵਿਚਾਰੇ ਬੈਠੇ ਆ ਕਿਦੋਂ ਦੇ ਭੁੱਖੇ ਵਿਚਾਰੇ ਬੈਠੇ ਹੋਏ ਆ। ਇਹਨਾਂ ਦਾ ਵੀ ਕੋਈ ਕੰਮ ਕਾਰ ਹੋਏਗਾ ਜਾਂ ਜਾਂਦੇ ਆਉਂਦੇ ਆ, ਇਹਨੇ ਕਿੰਨੀ ਕੁ ਨੋਰਮਲੀ ਗੱਲ ਆ। ਹੁਣ ਕੁੜੀਆਂ ਆਉਂਦੀਆਂ ਵੱਖਰੇ ਵੱਖਰੇ, ਕਹਿਣਾ ਨਹੀਂ ਚਾਹੀਦਾ, ਵੱਖਰੇ ਵੱਖਰੇ ਸਟਾਈਲ ਮਾਰਦੀਆਂ, ਕੋਈ ਚੰਗਾ ਲੱਗਦਾ ਇੱਥੇ ਗੁਰੂ ਦੇ ਘਰ ਦੇ? ਤੁਸੀਂ ਅੰਦਰ ਜਾਓ, ਅੰਦਰ ਜਾ ਕੇ ਸੇਵਾ ਕਰੋ, ਠੀਕ ਹੈ? ਅੰਦਰ ਜਾ ਕੇ ਤੁਹਾਨੂੰ ਜਿੱਥੋਂ ਤੁਸੀਂ ਘਰੋਂ ਕਲਪ ਕੇ ਆਓਗੇ ਨਾ, ਘਰੋਂ ਕਲਪੇ ਲੜ ਕੇ ਆਓਗੇ, ਅੰਦਰ ਜਾ ਕੇ ਸੇਵਾ ਕਰੋਗੇ, ਤੁਹਾਡੀ ਮਨ ਨੂੰ ਸ਼ਾਂਤੀ ਇੰਨੀ ਕੁ ਮਿਲੂਗੀ। ਗੁਰੂ ਰਾਮਦਾਸ ਨੇ ਸਾਨੂੰ ਬਹੁਤ ਕੁਝ ਦਿੱਤਾ, ਠੀਕ ਹੈ ਨਹੀਂ? ਕੈਨੇਡਾ ਸਾਊਥ ਅਫਰੀਕਾ ਤੋਂ ਇੱਕ ਲੇਡੀਜ਼ ਆਈ, ਮੈਂ ਯੂਟਿਊਬ 'ਤੇ ਵੇਖਣ ਆ ਸੀ, ਉਹਨੇ ਸਾਰੇ ਉਪਕਰਮਾਂ ਕੰਮ ਕੇ ਦਰਬਾਰ ਸਾਹਿਬ ਸਾਰਾ ਕੁਝ ਘੁੰਮ ਲਿਆ। ਜਦੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਦੋਂ ਗਈ, ਉਹਨੂੰ ਉੱਥੇ ਸਨਮਾਨਿਤ ਕੀਤਾ ਗਿਆ, ਉਹਨੇ ਕਿਹਾ ਕਿ ਮੈਨੂੰ ਇੱਥੇ ਬੜੀ ਸ਼ਾਂਤੀ ਮਿਲੀ ਹੈ, ਕਿ ਮੈਨੂੰ ਵਧੀਆ ਲੱਗਾ ਕਿ ਮੈਂ ਦਰਬਾਰ ਸਾਹਿਬ ਦੇ ਅੰਦਰ, ਮੈਨੂੰ ਇੰਨੀ ਸ਼ਾਂਤੀ ਮਿਲੀ, ਇੰਨੀ ਸ਼ਾਂਤੀ ਮੈਨੂੰ ਆਪਣੇ ਦੇਸ਼ 'ਚ ਨਹੀਂ ਰਹਿੰਦੀ ਮਿਲਦੀ ਜਿੰਨੀ ਸ਼ਾਂਤੀ ਇੱਥੇ ਮਿਲੀ ਮੈਨੂੰ, ਠੀਕ ਹੈ? ਗੁਰੂ ਰਾਮਦਾਸ ਇੱਕ ਐਸਾ ਘਰ ਹੈਗਾ ਕਿ ਜਿਹਨੂੰ ਕੋਈ ਭੁਲਾ ਨਹੀਂ ਸਕਦਾ। 1984 ਦੇ ਵਿੱਚ, ਠੀਕ ਹੈ, ਤੁਸੀਂ ਜਰਨੈਲ ਸਿੰਘ ਜੀ ਨੂੰ ਕਿਹਾ ਪਿੰਡਰ ਵਾਲਿਆਂ ਨੂੰ ਕਿ ਇਹ ਅੱਤਵਾਦੀ ਹੈ, ਠੀਕ ਹੈ? ਤੁਸੀਂ ਬੜੇ ਸਟੈਂਡ ਨਾਲ ਕਿਹਾ ਅੱਤਵਾਦੀ ਹੈ, ਮੀਡੀਆ ਵੀ ਬੜੀਆਂ ਚੁੱਕਦੀਆਂ ਕਿ ਇਹ ਅੱਤਵਾਦੀ ਆ। ਮੈਨੂੰ ਇੱਕ ਮੀਡੀਆ ਨੂੰ ਗੱਲ ਕਹਿਣਾ ਚਾਹੁੰਦਾ, ਉਹ ਜਿਹੜੀ ਲੇਡੀਜ਼ ਹੈ ਬੜਾ ਬੁੜਕ ਗੜ ਕੇ ਕਹਿੰਦੀ ਹੈ ਕਿ ਟੈਰਿਸਟ ਹੈ, ਉਹ ਆ ਫਲਾਨ ਹੈ, ਜਾਂ ਹਾਈਜੈਕ ਕਰ ਲਿਆ, ਲਾਹੌਰ ਦੇ ਵਿੱਚ ਆਹ ਲੈ ਗਏ, ਅਮੈਰੀਕਾ 'ਚ ਲੈ ਗਏ। ਮੈਨੂੰ ਇੱਕ ਗੱਲ ਕਹਿਣਾ ਚਾਹੁੰਦਾ, ਆ ਜਿਹੜੀਆਂ ਤੂੰ ਆਪਣੀਆਂ ਗੱਲਾਂ ਭੜਕਾਉਂਦੀ ਆ ਨਾ, ਇਹਨੂੰ ਆਪਣੇ ਜੋਗਾ ਰੱਖਿਆ ਕਰ, ਕਿ ਤੈਨੂੰ ਇਤਿਹਾਸ ਦਾ ਪਤਾ ਨਹੀਂ ਹੈਗਾ। ਤੁਸੀਂ ਬਸ ਹਿੰਦੀ ਪੜ੍ਹ ਸਕਦੇ ਹੋ, ਪੰਜਾਬੀ ਗੱਲਾਂ ਬੋਲਣਾ ਸਿੱਖ ਜਾਓਗੇ ਨਾ, ਤੁਹਾਨੂੰ ਫਿਰ ਮੈਂ ਮੰਨੂੰਗਾ। ਤੁਸੀਂ ਕਹਿੰਦੇ ਹਿੰਦੀ, ਚਲੋ ਹਿੰਦੂ ਰਾਸ਼ਟਰ, ਚਲੋ ਮੰਨਦੇ ਗੱਲ, ਹੁਣ ਤੁਸੀਂ ਉਹ ਉੱਥੇ ਲਾ ਲਓ ਪਹਿਲੇ ਨੰਬਰ 'ਤੇ, ਮਹਾਰਾਜ ਕਤਵਾਲੀ ਲਾਗੇ, ਉਹਨਾਂ ਨੇ ਉਹ ਮੂਰਤੀ ਕਿਉਂ ਨਹੀਂ ਤੋੜੀ? ਉਹਦਾ ਕੋਈ ਰੀਜ਼ਨ ਸੀ? ਉਹ ਇਤਿਹਾਸਿਕ ਆ, ਜਿਹਨੇ ਇਤਿਹਾਸ ਲਿਖਿਆ ਸਾਰਾ, ਉਹਦੀ ਕਿਉਂ ਨਹੀਂ ਮੂਰਤੀ ਤੋੜੀ? ਕਿਉਂਕਿ ਉਹ ਇਤਿਹਾਸ ਲਿਖਣ ਵਾਲਾ, ਉਹਨਾਂ ਦੀ ਕੋਈ ਗਲਤੀ ਨਹੀਂ। ਹੁਣ ਮਹਾਰਣਜੀਤ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਜੇ, ਜਿਨ੍ਹਾਂ ਨੇ ਰਾਜ ਸ਼ੇਰੇ ਉਹ ਪੰਜਾਬ ਰਾਜ ਕਾਇਮ ਕੀਤਾ, ਠੀਕ ਹੈ? ਚੌਥੀ ਇਹ ਗੱਲ ਇਹ ਲਾ ਲਓ, ਚੌਥੀ ਗੱਲ ਇਹ ਲਾ ਲਓ ਕਿ ਇਹਨਾਂ ਨੂੰ ਤਦ ਕਰਕੇ ਕਹਿੰਦੇ ਆ ਉਹਨਾਂ ਨੇ ਮੂਰਤੀਆਂ ਤੋੜੀਆਂ, 300 ਧਾਰਾ ਠੋਕਣ ਦੀ ਕੋਈ ਗੱਲ ਕੀ ਫਾਇਦਾ? ਉਹਨਾਂ ਨੇ ਕਤਲ ਥੋੜ੍ਹੀ ਕਰਤਾ ਕੋਈ, 300 ਧਾਰਾ ਉਹਨਾਂ ਨੇ ਪੱਥਰ ਹੀ ਤੋੜਿਆ ਥੱਲੇ, ਕੋਈ ਉਹ ਨਹੀਂ ਤੋੜਿਆ, ਨੁਕਸਾਨ ਦੇਖਣ ਦੇ ਤੁਸੀਂ, ਕੋਈ ਨੁਕਸਾਨ ਨਹੀਂ ਨਾ ਆਇਆ, 300 ਧਾਰਾ ਲਾਤੀ। ਮੁਲਾਜ਼ਮ ਮੇਰੇ ਲੱਗ ਕੇ ਕਹਿੰਦਾ ਮੈਨੂੰ ਪੱਥਰ ਥੋੜਾ ਮਾਰ ਲੱਗਾ ਏ, ਬੰਦਾ ਪੁੱਛੇ ਤੇਰਾ ਸਿਰ ਪਾੜ ਗਿਆ ਜਦੋਂ ਥੋੜਾ ਮਾਰ ਲੱਗੇ, ਤੂੰ ਮਾਰ ਕਿਉਂ ਨਹੀਂ ਗਿਆ ਉਸ ਵੇਲੇ, ਜਾਂ ਤੇਰੀ ਇਲਾਜ ਚੁੱਕਣ ਲਈ ਐਂਬੂਲੈਂਸ ਆਈ? 300 ਧਾਰਾ ਤੂੰ ਬੜੀ ਚੀਜ਼ ਨਾਲ ਲਾਤੀ ਉਹਦੇ, ਜੇ ਤੇਰੀ ਇੰਨੀ ਹਿੰਮਤ ਹੈਗੀ ਨਾ ਤੇ ਤੂੰ ਇਸੇ ਗਵਾਹੀ ਦਿੰਦਾ, ਭਾਅ ਜੀ ਇਹਨਾਂ ਨੇ ਪੱਥਰ ਤੋੜੇ ਆ, ਮੇਰੇ 'ਤੇ ਕੋਈ ਇਲਜ਼ਾਮ ਨਹੀਂ ਲਾਇਆ, ਫਿਰ ਤੁਸੀਂ ਹਰਮਾਨ ਨਾ ਕਹਿ ਤਾ ਪੱਥਰ ਤੋੜੇ ਦੇ ਮੇਰੇ 'ਤੇ ਕਾਰਵਾਈ ਆ, ਉਹ ਫਲਾਂ ਠੀਕ ਗੱਲ ਗਲਤ ਨਾ ਕਰੋ। ਜੋ ਸੱਚ ਦੇ ਰਾਹ 'ਚ ਚੱਲਦਾ ਨਾ ਉਹਨੂੰ ਹਰ ਕੋਈ ਦੱਬਦਾ, ਝੂਠ ਦੇ ਰਾਹ 'ਤੇ ਜਿਹੜਾ ਚੱਲਦਾ ਨਾ ਉਹਨੂੰ ਪਰਮਾਤਮਾ ਵੀ ਨਹੀਂ ਛੱਡਦਾ। ਜੇ ਤੁਸੀਂ ਅੱਜ ਵੇਖਣ ਦੇ ਨਾ ਕਿ ਪਰਮਾਤਮਾ ਸਾਨੂੰ ਨਹੀਂ ਵੇਖਣ ਦਿਆ, ਪਰਮਾਤਮਾ ਇੱਕ ਤੋਂ ਹੀ ਨਿੱਕੀ ਥਾਲੀ 'ਚ ਹੈਗੇ ਜੇ, ਉਹ ਕੀੜੀ ਤੋਂ ਲੈ ਕੇ ਬੰਦੇ ਤੱਕ ਨੂੰ ਵੇਖਦਾ ਕੀ ਕਰਨ ਦਿਆ, ਠੀਕ ਹੈ? ਤੁਸੀਂ ਕਹੋਗੇ ਯਾਰ ਰੱਬ ਆਹ ਫਲਾਂਡਿੰਗ, ਗੁਰੂ ਰਾਮਦਾਸ ਵਰਗਾ ਕੋਈ ਨਗਰੀ ਨਹੀਂ ਮਿਲੀ ਹੈ। ਦਸਵੇਂ ਪਿਤਾ ਨੇ ਜਦੋਂ ਕਿਹਾ ਇਹਨਾਂ, ਕਹਿੰਦਾ ਇਹਨਾਂ ਸੱਪ ਦੇ ਬੱਚੇ ਸੱਪ ਹੁੰਦੇ ਆ, ਸੱਚ ਇਹ ਨਾ ਸੋਚੇ ਕਿ ਉਹਨੂੰ ਵੀ ਹਿੰਦੂ ਨੂੰ ਵੀ ਕਹਿਣਾ ਚਾਹੁੰਦਾ, ਜਿਹੜਾ ਕਹਿੰਦਾ ਸੱਪ ਵਜ਼ੀਰ ਖਾਨ ਦਾ ਜਿਹੜਾ ਗੁਲਾਮ ਹੈਗਾ ਸੀ, ਸੱਪ ਦੇ ਬੱਚੇ ਸੱਪ ਵੀ ਹੁੰਦੇ ਆ, ਸੋਚੀ ਨਾ ਕਿਤੇ ਸੱਪ ਦੇ ਬੱਚੇ ਸੱਪ ਹੋ ਗਏ। ਜਦੋਂ ਆਪਣੀ ਆਈ ਦੇ ਨਸਲਾਂ ਆਉਣ ਵਾਲੀਆਂ ਵੇਖੋ ਕੀ ਕਰਨ ਦੀਆਂ, ਇਤਿਹਾਸ ਜੇ ਬਣਾਉਣਾ ਹੈ ਤਾਂ ਬਣਾ ਕੇ ਰੱਖੋ, ਜੇ ਮੋਦੀ ਨੂੰ ਕਹਿਣਾ ਸਾਡੇ ਨਾਲ ਬਣਾ ਕੇ ਰੱਖਣੀ ਬਣਾ ਕੇ ਰੱਖ, ਨਹੀਂ ਤਾਂ ਫਿਰ ਤੈਨੂੰ ਆਹ ਤੀਜਾ ਦੱਸ ਦਾਂਗੇ ਕਿੱਦਾਂ ਕਰਨਾ ਹੁੰਦਾ। ਇਹ ਗਰਮ ਖੂਨ ਕਹਿ ਰਹੇ ਮਹੀਪੀ ਸਿੰਘ ਦਾ ਨਾਮ, ਮੇਰਾ ਸੋਨੂ ਸਿੰਘ ਜੀ, ਫੋਨ ਨੰਬਰ ਮੋਦੀ ਲਿਖ ਲਈ, ਜਿੱਥੇ ਇੱਕ ਲੋੜ ਪਏਗੀ ਮੈਂ ਉੱਥੇ ਆਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਇਹ ਜਿਹੜੇ ਜਥੇਬੰਦੀਆਂ ਬੈਠੀਆਂ ਹੋਈਆਂ ਕਿ ਇਹਨੂੰ ਜਿਹੜਾ ਇਹ ਚੀਜ਼ ਹੈ ਇਹਨੂੰ ਲਾਉਣਾ ਕੋਈ ਨੋਰਮਲੀ ਗੱਲ ਨਹੀਂ, ਇਹਨੂੰ ਬਸ ਇਹਦੇ ਇੱਥੋਂ ਲੋਕ ਆ ਪੈਰਾਂ 'ਚੋਂ ਨੱਟ ਗੱਡ ਖੋਲ੍ਹਣੇ ਆ ਅਤੇ ਇਹਨਾਂ ਨੂੰ ਚੁੱਕ ਕੇ ਉਹਨਾਂ ਦੇ ਘਰ ਤੱਕ ਛੱਡਣੇ। ਜੇ ਬਾਦਲ ਨੂੰ ਇੰਨਾ ਲੱਗਦਾ ਕਿ ਸਾਡਾ ਇਹ ਪਿੰਡ ਹੈ ਅਤੇ ਇਹਨੂੰ ਸਾਡੇ ਪਿੰਡ ਪਹੁੰਚਾ ਦੇ, ਉੱਥੇ ਮੂਰਤੀਆਂ ਸਲਾਹ ਲੱਗ ਸਕਦੀਆਂ, ਬਟ ਅਲਾਊਡ ਨਹੀਂ ਗਾ। ਜੇ ਇੱਥੇ ਜ਼ਿਆਦਾ ਸਤਾਉਂਦਾ ਹੈ, ਜਾਂ ਜਿਹੜੇ ਸਾਰਾਗੜੀ ਦੇ ਵਿੱਚ 21 ਸਿਪਾਹੀ ਰਹਿੰਦੇ ਸੀ ਉਹਨਾਂ ਦੀਆਂ ਮੂਰਤੀਆਂ ਲੱਗ ਜਾਣ ਉਹਨਾਂ ਦੀਆਂ, ਠੀਕ ਹੈ, ਜਾਂ ਇੱਥੇ ਛਬੀਲ ਪਾਣੀ ਵਾਲੀ ਖੋਲ੍ਹੀ ਜਾਣ, ਜਾਂ ਉੱਥੇ ਸਾਈਡਲੀ ਵਾਸ਼ਰੂਮ ਬਣ ਜਾਏ, ਜਾਂ ਦਵਾਈ ਵਾਸਤੇ ਕੋਈ ਮੈਡੀਕਲ ਚੈੱਕ ਬਣ ਜਾਏ, ਠੀਕ ਹੈ, ਜਾਂ ਖੂਨ ਦਾਨ ਕੈਂਪ ਬਣ ਜਾਏ, ਇਹੋ ਚਾਹੀਦਾ। ਜੇ ਇਹਨੂੰ ਇੰਨਾ ਆਉਂਦਾ ਤਾਂ ਫਿਰ ਇਹ ਕਰਦਾ ਕਿਉਂ? ਦੂਸਰੀ ਵਾਰ ਵੀ ਇਹ ਆ ਸਕਦਾ ਇਲੈਕਸ਼ਨ ਦੇ ਵਿੱਚ, ਕਿਉਂ ਨਹੀਂ ਆਇਆ? ਹੁਣ ਇਹ ਕੈਪਟਨ ਦੀ ਲਾ ਲਓ, ਗੁਟਕਾ ਸਾਹਿਬ ਦੀ ਸਹੁੰ ਖਾਧੀ ਇਹਨੇ ਕਿ ਮੈਂ ਦੁਨੀਆਂ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗਾ। ਜਿੱਥੋਂ ਬਾਰਡਰ ਦੀ ਆਪਾਂ ਬਾਰਡਰ ਦੀ ਗੱਲ ਕਰੀਏ, ਜਿੱਥੋਂ ਸੂਈ ਨਹੀਂ ਕ੍ਰੋਸ ਕਰ ਸਕਦੀ ਮਿਲਟਰੀ ਤੋਂ, ਉੱਥੋਂ ਸੂਈਆਂ ਕ੍ਰੋਸ ਕਰ ਸਕਦੀਆਂ, ਨਸ਼ੇ ਆ ਜਾਂਦੇ ਆ, ਅਤੇ ਫਿਰ 6-6 ਫੁੱਟ ਜਵਾਨ, 5-5 ਫੁੱਟ ਵਾਲੇ, 5 ਫੁੱਟ 5-5 ਵਾਲੇ ਜਵਾਨ ਹੱਟੇ ਘੱਟੇ ਮੁੰਡੇ ਅੱਜ ਨਸ਼ੇ ਦੇ ਵਿੱਚ ਇੰਨਾ ਮਰ ਰਹੇ ਆ ਕਿ ਵਿਚਾਰਿਆਂ ਕੋਲ ਰੋਟੀ ਖਾਣ ਵਾਸਤੇ ਪੈਸੇ ਨਹੀਂ, ਮਾਵਾਂ ਭੈਣ ਵੈਸੇ ਪਰ ਤਰਸਣ ਦੀਆਂ ਪੈਸੇ ਕਰਕੇ, ਅਤੇ ਇਹਨਾਂ ਕੀ ਬਣੇਗਾ ਪੰਜਾਬ ਦਾ? ਪੰਜਾਬ ਦੀ ਗੱਲ, ਦੂਜਾ ਇਹ ਬਾਦਲ ਦੀ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ, ਇੰਨੇ ਮਾਸਾਂ ਇਨਕੁਆਇਰੀ ਨਹੀਂ ਕੀਤੀ, ਠੀਕ ਹੈ ਜੀ, ਇਨਕੁਆਇਰੀ ਕਰਨਾ। ਅੱਜ ਕੱਲ੍ਹ ਦੇ ਦੂਣ ਬਾਹਰਲੀ ਕੰਟਰੀ ਆ, ਵੇਖੋ ਮਾੜਾ ਜਿਹਾ ਵੀ ਕਾਂਡ ਹੁੰਦਾ ਕੋਈ, ਉਸੇ ਵੇਲੇ ਇਨਕੁਆਇਰੀ ਚਾਲੂ ਕਰਦੇ ਆ, ਮੁਜਰਿਮ ਫੜ ਲੈਂਦੇ ਆ ਜਿੱਥੇ ਮਰਜ਼ੀ ਹੋਵੇ, ਠੀਕ ਹੈ, ਇੰਨੇ ਮਾਸਾਂ ਇਨਕੁਆਇਰੀ ਨਹੀਂ ਕੀਤੀ। ਅਤੇ ਇਹ ਬੰਦਾ ਕਾਹਦਾ? ਅਗਲੀ ਵਾਰ ਤੁਸੀਂ, ਮੈਂ ਤਾਂ ਕਹਿੰਦਾ ਏ ਤੋਂ ਲੈ ਕੇ MLA ਤੋਂ ਲੈ ਕੇ ਏ ਤੋਂ ਲੈ ਕੇ ਸਭ ਚੋਰ ਹੈਗੇ ਜੇ, ਕਿਸੇ ਨੂੰ ਵੀ ਵੋਟ ਪਾਓਗੇ ਸਭ ਚੋਰ ਹੈਗੇ ਜੇ। ਬਸ ਤੁਹਾਡੀਆਂ ਵੋਟਾਂ ਲਿੱਤੀਆਂ, 5 ਸਾਲ ਇਹਨਾਂ ਨੇ ਰਾਜ ਕੀਤਾ, ਮੋਦੀ ਦੀ ਗੱਲ ਕਰ ਲਓ, ਇਹਨੇ ਮੁਸਲਮਾਨਾਂ ਨੂੰ ਕਿਉਂ ਵੱਢਿਆ ਬਾਹਰ? ਕਾਹਦੀ ਗੱਲੋਂ ਕਰਨਾ ਚਾਹੁੰਦਾ? ਕਹਿੰਦੇ ਹਿੰਦੂ ਰਾਸ਼ਟਰ।